ਤੁਸੀਂ ਕਿਸੇ ਹੋਰ ਟਰੈਕਟਰ ਨੂੰ ਸਲਾਹ ਸਕਦੇ ਆ ਪਰ ਤੁਸੀਂ ਸਵਰਾਜ ਨੂੰ ਨਿੰਦ ਨਹੀਂ ਸਕਦੇ। ਇਹਦੇ ਚ ਜ਼ੋਰ ਹੈਗਾ ਪਰ ਲਾ ਨਹੀਂ ਰਿਹਾ ਵੀ ਉਹ ਮੈਨੂੰ ਜ਼ੋਰ ਵਾਲੇ ਮਸਲੇ ਚ ਪੀਟੀਓ ਮਸਲੇ ਚ ਇੰਨਾ ਇਮਾਨਦਾਰ ਲੱਗਦਾ ਵੀ ਐ ਲੱਗਦਾ ਹੁੰਦਾ ਵੀ ਟੌਰ ਵੀ ਆ ਨਾਮ ਵੀ ਬੜਕ ਵੀ ਆ ਨਾਮ ਵੀ ਆ ਸ਼ੋ ਵੀ ਆ ਰਿਪੇਅਰ ਵੀ ਹੈ ਨਹੀਂ। ਗੱਲ ਆ ਵੀ ਜ਼ਿਮੀਂਦਾਰ ਨੇ ਕੱਲੀ ਸ਼ੋ ਨਹੀਂ ਦੇਖਣੀ ਹੁੰਦੀ, ਦੇਖਣਾ ਹੁੰਦਾ ਕੰਮ। ਅਣਜਾਣ ਤੋਂ ਅਣਜਾਣ ਬੰਦੇ ਨੇ ਗੇਅਰ ਮਾਰਨਾ ਕੜੱਕ ਦੇਣੇ ਡੱਕ ਡੱਕ ਬਾਈ। ਜਦੋਂ ਗੋਲ ਸ਼ੋ ਵਾਲਾ 855 ਲਾਂਚ ਹੋਇਆ ਸੀ ਤਾਂ ਪੰਜਾਬ ਦਾ ਪਹਿਲਾ ਟਰੈਕਟਰ ਸੀ ਬਾਈ, ਭਾਰਤ ਦਾ ਸਭ ਤੋਂ ਪਹਿਲਾ ਬਾਈ, ਭਾਰਤ ਦਾ ਪਹਿਲਾ ਟਰੈਕਟਰ ਬਾਈ ਨੂੰ ਮਿਲਿਆ ਬਾਈ। ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਆਇਆ ਸੀ ਲੋਕਾਂ ਨੂੰ ਐਂ ਲੱਗਦਾ ਵੀ ਸ਼ੋ ਪੱਖੋਂ ਨਹੀਂ ਪਸੰਦ ਕਰਨਾ, ਕਿਸੇ ਨੇ ਕਈ ਕਈ ਗੱਲਾਂ ਸੀਗੀਆਂ ਵੀ ਇਹਦੀ ਆਵਾਜ਼ ਨਹੀਂ ਬਣਨੀ। ਹਾਂ ਉਹ ਸ਼ੋ ਦਾ ਮਤਲਬ ਹੁਣ ਤੁਸੀਂ ਹਰੇਕ ਚੌਥਾ ਟਰੈਕਟਰ ਜਦੋਂ ਲੰਘਦਾ ਤਾਂ ਦੇਖਦੇ ਆ ਵੀ ਉਹੀ ਸ਼ੋ ਵਾਲਾ ਫਿਰਦਾ। ਬਿਲਕੁਲ ਉਹ ਤਾਂ ਮਤਲਬ ਭੁਲੇਖਾ ਹੀ ਦੂਰ ਹੋ ਗਿਆ, ਭੁਲੇਖਾ ਕਰਦਾ। ਸਭ ਤੋਂ ਵੱਡੀ ਗੱਲ ਆ ਵੀ ਜ਼ਿਮੀਂਦਾਰ ਨੇ ਕੱਲੀ ਸ਼ੋ ਨਹੀਂ ਦੇਖਣੀ ਹੁੰਦੀ, ਦੇਖਣਾ ਹੁੰਦਾ ਕੰਮ ਕੰਮ। ਤਾਂ ਜਿੰਨਾ ਉਹ ਛੋਟੇ ਦੇ ਥਾਂ ਛੋਟਾ, ਵੱਡੇ ਦੇ ਥਾਂ ਵੱਡਾ ਏ, ਛੋਟੇ ਦੇ ਥਾਂ ਛੋਟਾ ਇਉਂ ਆ ਵੀ ਉਹ ਟਰੈਕਟਰ ਇੱਕ ਇਹੋ ਜਿਹਾ ਟਰੈਕਟਰ ਆ ਵੀ ਜਿੰਨਾ ਕੁ ਲੋਡ ਪਾਉਂਦੇ ਆ ਓਨਾ ਕੀ ਤੇਲ ਖਾਂਦਾ। ਠੀਕ ਹੈ, ਮਤਲਬ ਆਏ ਨੀ ਵੀ 8 ਲੀਟਰ ਘੰਟੇ ਦੇ ਛਕੀ ਜਾਂਦਾ, ਛਕੀ ਜਾਂਦਾ ਰੋਡ ਤੇ ਉਈ ਬੁਰਕੇ ਭਰੀ ਜਾਊ। ਹਾਂ ਉਹ ਕੰਮ ਉਹਦਾ ਹੈ ਨੀ ਗਾ, ਉਹ ਦੋ ਟਰੈਕਟਰਾਂ ਜਿੰਨਾ ਕੰਮ ਦਿੰਦਾ 4x4 ਦਾ ਕਰਕੇ। ਠੀਕ ਹੈ, ਕਿਉਂ ਦਿੰਦਾ? ਕਿਉਂਕਿ ਬਾਹਣ ਦੇ ਵਿੱਚ ਜ਼ਿਆਦਾ ਲੋਡ ਖਿਚਾਈ ਦੀ ਹੁੰਦੀ ਆ, ਖਿਚਾਈ ਉਹ ਕਰਦਾ, ਖਿਚਾਈ ਵਾਲੇ ਪਾਸੋਂ ਦੱਬਦਾ ਹੀ ਨਹੀਂ, ਨਾ ਉਹ ਹਲਾਂ ਵਾਲੇ ਪਾਸੋਂ ਦੱਬਦਾ, ਨਾ ਉਹ ਟਰਾਲੀ ਵਾਲੇ ਪਾਸੋਂ ਦੱਬਦਾ, ਨਾ ਉਹ ਤਬਗਾਂ ਵਾਲੇ ਪਾਸੋਂ ਦੱਬਦਾ, ਕਿਸੇ ਪਾਸੋਂ ਕੋਈ ਦਿੱਕਤ ਨਹੀਂ ਆਉਂਦੀ। ਰਿਪੇਅਰ ਹੈ ਨਹੀਂ, ਪੈਸੇ ਹੀ ਹੈ ਨਹੀਂ, ਕੰਪਨੀ ਦੀ ਕੋਈ ਹੈ ਨਹੀਂ। ਕਿੰਨਾ ਕੁ ਚਲਾਤਾ ਆਪਾਂ? ਅਸੀਂ ਤਾਂ ਸਾਡੇ ਕੋਲ ਤਾਂ ਮਸਾਂ ਉਹ 300-400 ਘੰਟਾ ਚੱਲਿਆ ਹੋਊਗਾ ਜੋ ਖੇਤੀਬਾੜੀ ਛੋਟੀ ਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਵਰਾਜ ਦੀ ਸਵਰਾਜ ਕੀ ਚੀਜ਼ ਆ, ਤੁਹਾਨੂੰ ਭੱਠਿਆਂ ਤੇ ਜ਼ਿਆਦਾਤਰ ਸਵਰਾਜ ਮਿਲਣਗੇ। ਭੱਠਿਆਂ ਤੇ ਕਾਰਨ ਭੱਠਿਆਂ ਤੇ ਸਭ ਤੋਂ ਜ਼ਿਆਦਾ ਕੁੱਤੇ ਖਾਣੀ ਹੋਣੀ ਹੁੰਦੀ ਆ ਟਰੈਕਟਰ ਨਾਲ। ਅਣਜਾਣ ਤੋਂ ਅਣਜਾਣ ਬੰਦੇ ਨੇ ਗੇਅਰ ਮਾਰਨਾ ਕੜੱਕ ਦੇਣੇ, ਡੱਕ ਡੱਕ ਕੜੱਕ ਦੇਣੇ। ਅਣਜਾਣ ਤੋਂ ਅਣਜਾਣ ਬੰਦੇ ਨੇ ਬਹਿਣਾ, ਤਜਰਬੇਕਾਰ ਤੋਂ ਤਜਰਬੇਕਾਰ ਨੇ ਤਜਰਬਾ ਕਰਨਾ, ਉਹ ਤੇ ਬਗਾਨੇ ਬੰਦੇ ਨੇ ਚਲਾਉਣਾ। ਭੱਠੇ ਵਾਲੇ ਦਾ ਨਿੱਤ ਹੈ ਨੀ ਵੀ ਉਹ ਰਿਪੇਅਰ ਕਰਾਵੇ, ਤੇ ਉਹ ਸਾਰਿਆਂ ਨੂੰ ਵੱਧ ਟਰੈਕਟਰ ਸਵਰਾਜ ਤੈਨੂੰ ਭੱਠਿਆਂ ਤੇ ਮਿਲਣਗੇ। ਤੇ ਉਹ ਤਾਂ ਮਿਲਦੇ ਆ ਕਿਉਂਕਿ ਸਿੰਪਲ ਸੋਬਰ ਚੀਜ਼ ਆ, ਮਗਰਲੇ ਹਿੱਸੇ 'ਚ ਕੋਈ ਬਾਹਲਾ ਲੰਬੀ ਚੌੜੀ ਕਹਾਣੀ ਹੈ ਨਹੀਂ। ਰੋਟਾਵੇਟਰ ਵੀ ਪਾਇਆ ਤੁਸੀਂ, ਹੋਰ ਵੀ ਸੰਦ, ਪੀਟੀਓ ਨੂੰ ਕਿਵੇਂ ਆ? ਪੀਟੀਓ ਨੂੰ ਬਾਈ ਜਿਹੜੀ ਮੈਨੂੰ ਮੇਰਾ ਪਰਸਨਲੀ ਤਜਰਬਾ ਏ ਬਈ, ਉਹ ਟਰੈਕਟਰ ਇੱਕ ਇੰਨਾ ਕੁ ਇਮਾਨਦਾਰ ਟਰੈਕਟਰ ਆ ਵੀ ਜਿੰਨਾ ਉਹਦੇ ਢਿੱਡ 'ਚ ਜ਼ੋਰ ਹੈਗਾ ਉਹ ਆਪਦੇ ਮਰਨ ਤੱਕ ਸਾਰਾ ਲਾਉਂਦਾ। ਨਹੀਂ ਆਪਣੀ ਤਸੱਲੀ ਕਰਾ ਵੀ, ਮਤਲਬ ਇੱਕ ਇੱਕ ਟਰੈਕਟਰ ਉਹ ਹੁੰਦਾ ਜਿਹਦੇ ਤੁਸੀਂ ਉੱਤੇ ਬੈਠੇ ਆ, ਜਿਹਦਾ ਤੁਹਾਨੂੰ ਉਮੀਦ ਹੁੰਦੀ ਆ, ਪਰ ਜਦੋਂ ਤੁਸੀਂ ਕਲੱਚ ਛੱਡਦੇ ਆ ਜਦੋਂ ਤਾਂ ਤੁਹਾਨੂੰ ਲੈਫਟ ਚੱਕਣੀ ਪੈ ਜਾਂਦੀ ਆ, ਗਾਸਣੀ ਪੈ ਜਾਂਦੀ ਆ, ਤੁਹਾਨੂੰ ਪਤਾ ਲੱਗ ਜਾਂਦਾ ਵੀ ਯਾਰ ਇਮਾਨਦਾਰੀ ਨਾਲ ਜ਼ੋਰ ਨਹੀਂ ਲਾ ਰਿਹਾ। ਇਹਦੇ 'ਚ ਜ਼ੋਰ ਹੈਗਾ ਪਰ ਲਾ ਨਹੀਂ ਰਿਹਾ ਵੀ ਉਹ ਮੈਨੂੰ ਜ਼ੋਰ ਵਾਲੇ ਮਸਲੇ 'ਚ ਪੀਟੀਓ ਮਸਲੇ 'ਚ ਇੰਨਾ ਇਮਾਨਦਾਰ ਲੱਗਦਾ ਵੀ ਐਂ ਲੱਗਦਾ ਹੁੰਦਾ ਵੀ ਇਹ ਟੁੱਟ ਜੂ, ਪਰ ਪਿੱਛੇ ਨਹੀਂ ਹੱਟਦਾ, ਦੱਬਦਾ ਨਹੀਂ। ਮਤਲਬ ਜੱਟ ਟਰੈਕਟਰ ਆ ਬਾਈ, ਕਹਿੰਦੇ ਵੀ ਜੱਟ ਟਰੈਕਟਰ ਆ। ਬਾਕੀ ਇਹ ਮਸ਼ਹੂਰੀ ਤਾਂ ਹੈ ਨਹੀਂ, ਮੈਂ ਤਾਂ ਐਵੇਂ ਹੀ ਪੁੱਛ ਲਿਆ ਬਾਈ ਨੂੰ। ਮੈਂ ਤੈਨੂੰ ਦੱਸ ਦਿੰਦਾ ਵੀ ਇੱਕ ਦੇਖ, ਆਪਾਂ ਨੂੰ ਚਾਹੀਦਾ ਇੰਜਣ ਰਿਪੇਅਰ ਘੱਟ, ਤੇਲ ਸਿੰਪਲ ਚੀਜ਼, ਸੌਖਾ ਸਪੇਅਰ ਪਾਰਟ ਮਿਲਣ ਵਾਲੀ ਚੀਜ਼। ਫਿਰ ਸਭ ਤੋਂ ਵਧੀਆ ਗੱਲ ਆ ਮੈਨੂੰ ਜਿਹੜੀ ਮੈਨੂੰ ਲੱਗਦੀ ਆ ਕਿ ਉਹ ਸਾਡੇ ਦੇਸ਼ ਦੀ ਬਣੀ ਹੋਈ ਚੀਜ਼ ਆ, ਉਹਦਾ ਪੈਸਾ ਵੀ ਸਾਰੇ ਦਾ ਸਾਰਾ ਸਾਡੇ ਦੇਸ਼ 'ਚ ਆ, ਆਪਣੀ ਇਕਨੋਮੀ ਬੂਸਟ ਹੋ। ਹਾਂ ਉਹ ਮਤਲਬ ਸਾਰੀਆਂ ਚੀਜ਼ਾਂ ਪੂਰੀਆਂ ਕਰਦਾ ਇੱਕ ਜ਼ਿਮੀਂਦਾਰ ਵਾਸਤੇ, ਹਰੇਕ ਚੀਜ਼। ਟੌਰ ਵੀ ਆ, ਨਾਮ ਬੜਕ ਵੀ ਆ, ਨਾਮ ਵੀ ਆ, ਸ਼ੋ ਵੀ ਆ, ਰਿਪੇਅਰ ਵੀ ਹੈ ਨੀ, ਤੇਲ ਖਰਚਾ ਵੀ ਘੱਟ ਆ, ਸਪੇਅਰ ਪਾਰਟ ਵੀ ਸੌਖਾ ਮਿਲਦਾ। ਮਤਲਬ ਕਿਹੜੀ ਚੀਜ਼ ਆ ਜਿਹੜੀ ਆਪਾਂ ਕਹਿ ਲਈਏ ਕਿ ਉਹਦੇ 'ਚ ਹੈ ਨੀ, ਜਿੱਥੇ ਆਪਾਂ ਕਹਿ ਲਈਏ ਵੀ ਇਹਦੀ ਚਾਹ ਨਹੀਂ ਮਿਲਦਾ, ਉੱਥੇ ਆਪਾਂ ਦੂਜੇ ਪਾਸੇ ਜਾਂਦੇ ਹਾਂ, ਇਹਦੇ 'ਚੋਂ ਸਭ ਕੁਛ ਮਿਲਦਾ, ਭੱਜ ਨਹੀਂ ਦਿੰਦਾ ਕਿਸੇ ਪਾਸੇ। ਹਾਂ ਉਹ ਕਿਸੇ ਪਾਸੇ ਤੁਹਾਨੂੰ ਟੌਰ ਵਾਲੇ ਪਾਸਿਓਂ ਨਹੀਂ ਭੱਜਣ ਦਿੰਦਾ, ਬੜਕ ਵਾਲੇ ਪਾਸਿਓਂ ਨਹੀਂ ਭੱਜਣ ਦਿੰਦਾ, ਤੇਲ ਵਾਲੇ ਪਾਸਿਓਂ ਨਹੀਂ ਭੱਜਣ ਦਿੰਦਾ, ਰਿਪੇਅਰ ਵਾਲੇ ਪਾਸਿਓਂ ਨਹੀਂ ਭੱਜਣ ਦਿੰਦਾ। ਬੰਦਾ ਉਹਦੇ ਤੋਂ ਭੱਜੂ ਕਿਵੇਂ? ਬਿਲਕੁਲ, ਬੰਦਾ ਫੇਰ ਹੀ ਦੂਜੀ ਚੀਜ਼ ਚੁਣੂ ਨਾ ਜਦੋਂ ਉਹਦੇ 'ਚੋਂ ਇੱਕ ਚੀਜ਼ ਮਿਲੂ ਨਾ। ਘਾਟ ਹੋਈ ਜੀ, ਠੀਕ ਆ। ਲੈਫਟ ਆ, ਪਹਿਲੀਆਂ ਦੇ ਵਿੱਚ ਇਹ ਘੱਟ ਦੰਦੇ ਵਾਲੀ ਲੈਫਟ ਆਉਂਦੀ ਸੀ, ਹੁਣ ਉਹਦੀ ਲੈਫਟ ਦੇ ਦੰਦੇ ਇੰਨੇ ਆ, ਲੈਫਟ ਦੀ ਕੰਪੈਸਿਟੀ ਤਾਂ ਵਧਾਈ ਵਧਾਈ ਆ, ਦੰਦੇ ਵਧਾ ਤੇ ਨਵੇਂ 'ਚ। ਹਾਂ ਵੀ ਨਵੇਂ ਦੇ ਵਿੱਚ ਉਹਦੇ ਦੰਦੇ ਆ ਜਿਹੜੇ ਸੂਤ ਸੂਤ ਲੈਫਟ ਚੱਕਦੇ ਆ, ਵੀ ਮਤਲਬ ਜੇ ਤੇਰੇ ਢੂਈ ਤੇ ਖੁਰਕ ਲੜਦੀ ਆ ਨਾ ਤੇ ਤੂੰ ਲੰਮਾ ਪੈ ਜਾਏਗਾ, ਤੇ ਮੈਂ ਤੇਰੇ ਫਾਲਿਆਂ ਨਾਲ ਖੁਰਕ ਕਰ ਦੂੰਗਾ, ਢੂਈ ਤੇ ਫਾਲਾ ਨਹੀਂ ਖੁੱਭਣ ਦਿੰਦਾ।
ਇੰਨੀ ਜ਼ਿਆਦਾ ਸੈਂਸਿਟੀਵਿਟੀ ਘੈਂਟ ਹੋ ਗਈ ਵੀ ਹੁਣ ਢੂਈ ਤੇ ਖੁਰਕ ਕਰ ਲਾ ਭਾਵੇਂ ਫਾਲਿਆ ਨਾ ਇੰਨੀ ਲੈਫਟ ਘੈਂਟ ਮਤਲਬ ਉਹਨਾਂ ਨੇ ਕੋਈ ਕਮੀ ਛੱਡੀ ਨਹੀਂ ਕਮੀ ਨਹੀਂ ਗੀ ਤੇ ਕਹਿ ਨਹੀਂ ਸਕਦਾ ਕੋਈ ਬਾਕੀ ਤੁਹਾਡੀ ਉਮਰ ਵੀ ਬਹੁਤ ਹੈ ਜਦੋਂ ਦਾ ਮੈਨੂੰ ਲੱਗਦਾ ਮਾਰਕੀਟ ਦੇ ਵਿੱਚ ਆਇਆ ਨਾ ਨਹੀਂ ਦੇਖ ਸਾਡੇ ਕੋਲ ਪਹਿਲਾਂ ਵੀ 735 ਸਵਰਾਜ ਸੀ ਸਵਰਾਜ ਟਰੈਕਟਰ ਦੀ ਦਮਖਮ ਨਾਲ ਅਸੀਂ ਪਹਿਲਾਂ ਤੋਂ ਜਾਣੂ ਹਾਂ ਪਹਿਲਾਂ ਤੋਂ ਹੀ ਹੈਗੇ ਹਾਂ ਮਤਲਬ ਫੈਨ ਆ ਉਹਦੀ ਆਵਾਜ਼ ਆ ਜਿਹੜੀ ਉਹ ਸਾਨੂੰ ਕੰਨਾਂ ਨੂੰ ਚੰਗੀ ਲੱਗਦੀ ਆ ਆਪਦੇ ਠੀਕ ਨਹੀਂ ਵੀ ਆਨੰਦ ਆਉਂਦਾ ਉਹਨੂੰ ਸੁਣਨ ਦੇ ਸਾਨੂੰ ਸਾਨੂੰ ਉਹ ਸੰਗੀਤ ਲੱਗਦਾ ਅਸੀਂ ਵੱਡੇ ਹੋਏ ਹਾਂ ਉਹ ਸੰਗੀਤ ਸੁਣਦੇ ਹੋਏ ਉਸ ਪੱਖੋਂ ਵੀ ਆ ਪਰ ਇਕੱਲੇ ਫੈਨ ਉਹਦੀ ਇਕੱਲੀ ਇੱਕ ਚੀਜ਼ ਦੇ ਫੈਨ ਨਹੀਂ ਮਤਲਬ ਉਹ ਸਾਰੀ ਓਵਰਆਲ ਚੀਜ਼ ਆ ਇੱਕ ਫੁੱਲ ਪੈਕੇਜ ਆ ਵਧੀਆ ਕੰਬੀਨੇਸ਼ਨ ਹੈ ਓਵਰਆਲ ਗੁੱਡ ਹੈ ਹਾਂ ਵੀ ਉਹ ਇੱਕ ਫੁੱਲ ਪੈਕੇਜ ਆ ਤੁਸੀਂ ਕਿਸੇ ਹੋਰ ਟਰੈਕਟਰ ਨੂੰ ਸਲਾਹ ਸਕਦੇ ਆ ਪਰ ਤੁਸੀਂ ਸਵਰਾਜ ਨੂੰ ਨਿੰਦ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਤੁਸੀਂ ਮਤਲਬ ਕਿਸੇ ਦੇ ਫੈਨ ਹੋ ਸਕਦੇ ਆ ABC ਆਪਾਂ ਮਾੜਾ ਨੂੰ ਨਿੰਦ ਨਹੀਂ ਸਕਦੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਮਤਲਬ ਜਿਹੜਾ ਬੰਦਾ ਵੀ ਸਵਰਾਜ ਨਹੀਂ ਪਸੰਦ ਕਰਦਾ ਉਹ ਸਵਰਾਜ ਨੂੰ ਮਾੜਾ ਨਹੀਂ ਕਹਿ ਸਕਦਾ ਬਿਲਕੁਲ ਬਸ ਮੈਨੂੰ ਉਹ ਚੀਜ਼ ਤੇ ਇੰਨਾ ਮਾਣ ਜੀ ਧੰਨਵਾਦ ਜਿਉਂਦੇ ਰਹੋ।